ਸੋ ਹੈਲੋ ਐਵਰੀਬਡੀ, ਵੈਲਕਮ ਬੈਕ ਟੂ ਦ ਵਲੌਗ। ਅਤੇ ਅੱਜ ਵਲੌਗ ਦਾ ਸਾਡਾ ਵਲੌਗ ਦੁਬਾਰਾ ਹੈਗਾ ਗੋਲਫ ਦਾ, ਜਿਹਦਾ ਤੁਸੀਂ ਪਿੱਛੇ ਦੇਖ ਸਕਦੇ ਹੋ। ਆਪਾਂ ਗਏ ਗੋਲਫ ਰੇਂਜ, ਅਤੇ ਅੱਜ ਆਪਾਂ ਡਰਾਈਵਿੰਗ ਰੇਂਜ ਨਹੀਂ ਜਾ ਰਿਹਾ, ਅੱਜ ਆਪਾਂ ਪ੍ਰੋਪਰ ਗੇਮ ਲਾ ਰਹੇ ਹਾਂ, ਰਾਈਟ? ਕਿੰਨੇ ਸ਼ੋਟਸ ਦੀ? 18 ਹੋਲਸ ਫੁੱਲ ਗੇਮ ਲਾ ਰਹੇ ਆਪਾਂ। ਇਸ ਟਾਈਮ ਤਾਂ ਉਹਦਾ ਬਥੇਰਾ ਵਾ, ਜੋ ਨਾ ਮੇਰਾ ਕੰਮ ਆ ਨਾ ਮੇਰੇ ਭਰਾ ਦਾ ਕੰਮ ਆ, ਅਤੇ ਆਪਾਂ ਸ਼ਾਇਦ 18 ਹੋਲਸ ਵਾਲੀ ਗੇਮ ਲਾ ਰਹੇ ਹਾਂ, ਅਤੇ ਤੁਹਾਨੂੰ ਵੀ ਆਪਾਂ ਦਿਖਾਉਂਦੇ ਹਾਂ ਕਿੱਦਾਂ ਕਿੱਦਾਂ ਗੇਮ ਖੇਲੀ ਦੀ ਹੈ। ਅਤੇ ਨਾਲ ਨਾਲ ਫਿਰ ਬਣੇ ਰਹੋ ਅਤੇ ਚੱਲਦੇ ਆਪਾਂ ਅੰਦਰ। ਪਹਿਲਾਂ ਆਪਾਂ ਵੈਸੇ ਡਰਾਈਵਿੰਗ ਰੇਂਜ ਜਾਊਂਗੇ, ਥੋੜ੍ਹੀ ਜਿਹੀ ਪ੍ਰੈਕਟਿਸ ਕਰਾਂਗੇ, ਹੱਥ ਹੁੱਥ ਖੋਲਾਂਗੇ, ਉਹ ਤੋਂ ਬਾਅਦ ਫਿਰ ਆਪਾਂ ਗੇਮ ਲਾਉਂਗੇ। ਸੋ ਸਟੇ ਟਿਊਨਡ, ਚੱਲਦੇ ਹਾਂ। ਗਾਈਸ, ਪੋਪੋਟ ਹੋ ਚੁੱਕਾ ਆ ਇੱਥੇ, ਦੀ ਪ੍ਰਾਈਵੇਟ ਇਵੈਂਟ ਲਈ ਬੁੱਕ ਦਾ ਪੂਰਾ ਗੋਲਫ ਕੋਰਸ, ਅਤੇ ਆਪਾਂ ਨਹੀਂ ਖੇਡ ਸਕਦੇ ਹਾਂ, ਅਤੇ ਆਪਾਂ ਚੱਲੇ ਹਾਂ ਦੂਸਰੇ ਰੇਂਜ। ਹੱਸਦਾ ਹੀ ਹੁੰਦਾ ਆ, ਚਲੋ ਕੋਈ ਨਹੀਂ। ਗਾਈਸ, ਗੋਲਫ ਖੇਡਣ ਤੋਂ ਪਹਿਲਾਂ ਭਟੂਰੇ ਛੋਲੇ ਖਾਣ ਆ ਗਿਆ, ਅਤੇ ਇੰਨਾ ਖਾ ਕੇ ਗੋਲਫ ਕਿੱਦਾਂ ਖੇਡਣੀ ਸਮਝ ਨਹੀਂ ਆ ਰਹੀ। ਨਾਲ ਸਿਰਕੇ ਵਾਲਾ ਪਿਆਜ਼ ਵੀ ਹੈਗਾ ਬਾਈ ਦਵੀ। ਛੋਲੇ ਭਟੂਰੇ ਬਾਅਦ ਆ ਗਈ ਰਸ ਮਲਾਈ। ਆਪਾਂ ਗੋਲਫ ਕੀ ਖੇਡਣ ਜਾਣਾ, ਉੱਥੇ ਟਕਾਰ ਮਾਰਨ ਨਹੀਂ ਜਾਣਾ, ਖਾਈ ਜਾ ਰਹੇ ਖਾਈ ਜਾ। ਹੱਸਦਾ ਹੀ ਆ। ਗਾਈਸ, ਚੱਲੇ ਤਾਂ ਗੋਲਫਿੰਗ ਕਰਨ ਸੀਗੇ, ਪਰ ਖਾ ਇੰਨਾ ਲਿਆ ਸਮਝ ਨਹੀਂ ਆਉਂਦੀ ਗੋਲਫਿੰਗ ਕਰਨੀ ਆ ਕੇ ਨਹੀਂ, ਅੰਦਰ ਸਾਡੇ ਬਹਿ ਗਏ ਗੱਡੀ 'ਚ। ਹੱਸਦਾ ਹੀ ਹੋਇਆ। ਗਾਈਸ, ਫਾਈਨਲੀ ਹੁਣ ਆਪਾਂ ਦੋ ਰੇਂਜਾਂ ਤੋਂ ਬਾਅਦ ਤੀਜੀ ਰੇਂਜ ਆਇਆ, ਉਹ ਵੀ ਸ਼ਹਿਰ ਤੋਂ ਬਾਹਰ। ਕਿੱਥੇ ਆਇਆ ਆਪਾਂ? ਬੋਮਨ ਬੋਮੋ ਅਤੇ ਕੀ ਕਹਿੰਦੇ ਤੋਂ ਮੇਲਵਰ ਤੋਂ ਬਾਅਦ ਵਿਕਟੋਰੀਆ ਗਏ ਸੀ, ਉੱਥੇ ਵੀ ਸਾਨੂੰ ਨਹੀਂ ਮਿਲੀ ਬੁਕਿੰਗ, ਅਤੇ ਇੱਥੇ ਆਪਾਂ ਆਇਆ ਹੁਣ ਬੋਮਨ ਵਾਲੇ ਗੋਲਫ ਕੋਰਸ। ਪਹਿਲੇ ਆਪਾਂ ਫੋਨ ਕਰਕੇ ਬੁਕਿੰਗ ਕਰਾ ਲਈ ਆ, ਅਤੇ ਹੁਣ ਆਪਾਂ ਫਾਈਨਲੀ ਪਹੁੰਚ ਚੁੱਕੇ ਆ। ਦੇਖੋ, ਚੱਲਦੇ ਆ ਬਸ ਹੁਣ, ਅਤੇ ਸਾਹਮਣੇ ਦੇਖੋ ਕਿਹੜੀ ਗੱਡੀ ਖੜੀ ਆ, ਬੈਂਟਲੇ। ਜਿਹਨੂੰ ਜਿਹਨੂੰ ਚਾਹੀਦੀ ਆ ਡੀ ਐਮ ਕਰ ਦਿਓ। ਗੈਸ, ਬੁਕਿੰਗ ਡਨ ਹੋ ਚੁੱਕੀ ਆ। ਅਸੀਂ ਲਾਲ ਗੱਡੀ ਲਾ ਰਹੀ ਆ ਟਮਾਟਰ। ਇਹ 'ਚ ਕੀ ਚਾਬੀ ਲੱਗਦੀ ਆ? ਡਾਲਾ ਮੈਂ ਚਲਾਵਾਂ। ਚਲੋ ਵੀ, ਆਹ ਗੇਅਰ ਵੀ ਲੱਗਾ ਫਰੰਟ ਅਤੇ ਬੈਕ। ਲੈਟਸ ਗੋ, ਲਾਓ ਚਾਬੀ। ਇੰਜਨ ਨਹੀਂ ਆ ਕਿ ਇਲੈਕਟ੍ਰਿਕ ਆ? ਮੈਂ ਚਲਾਵਾਂ ਪਹਿਲਾਂ। ਪਹਿਲਾਂ ਮੈਂ ਬਸ ਉਹ ਚੱਲ ਪਈ ਇੱਧਰ ਜਾਣਾ ਹੀ। ਉਹ ਤਾਂ ਘੈਂਟ ਚੀਜ਼ ਆ। ਇੰਜਨ ਨਹੀਂ ਆ, ਇਲੈਕਟ੍ਰਿਕ ਨਹੀਂ ਆ। We're brand new golfers, so we're gonna have fun today. So I get to get through in 2 hours, 2 hours and 10. Yep. So probably if the marshal sees you falling behind, you might suggest to play best ball or... That's fine. Whatever, something like that. Yeah, that's okay. ਗਾਈਸ, ਆਪਾਂ ਉਹ ਉੱਥੋਂ ਸਟਾਰਟ ਕੀਤਾ ਸੀਗਾ, ਅਤੇ ਆਪਾਂ ਦੋ ਸ਼ੋਟਸ 'ਚ ਆਲਮੋਸਟ ਅੰਡੇ ਲਾ ਕੇ ਪਹੁੰਚ ਗਏ ਆ। ਸਾਡੀ ਡਰਾਈਵਿੰਗ ਰੇਂਜ ਕੰਮ ਆ ਰਹੀ ਆ ਬਰੋ, ਚਲੋ ਆਪਾਂ ਮਾਰਦਾਂ। ਅਤੇ ਪਹਿਲਾਂ ਸਾਡਾ ਹੋਲ ਆਲਮੋਸਟ ਖਤਮ ਹੋ ਚੱਲਾ, ਆਪਾਂ 9 ਹੋਲਸ ਲਾ ਰਹੇ। ਆਪਾਂ ਫੁੱਲ ਨਹੀਂ ਦਿੱਤਾ ਕਿਉਂਕਿ ਸਾਡੇ ਕੋਲ ਟਾਈਮ ਘੱਟ ਸੀਗਾ, ਕਿਉਂਕਿ ਸਾਨੂੰ ਯੂ ਨੋ ਤੁਸੀਂ ਦੇਖੇ ਬੁਕਿੰਗ ਨਹੀਂ ਮਿਲੀ ਸੀ, ਉਹ ਤਾਂ ਗਿਆ ਮਾਰ ਕੇ। ਚਲੋ ਡਾ ਲਓ ਵੈਸੇ, ਹਜੇ ਫਿਲਹਾਲ ਆ ਗਏ ਚੱਲੋ ਯਾਰ। ਵੈਸੇ ਨੇੜੇ ਨੇੜੇ ਆ, ਇਹਨਾਂ ਦੀ ਪਵਾਲਾ ਅਤੇ ਮੇਰੀ ਹੋਰ ਹੀ, ਅਤੇ ਉੱਤਰੀ ਡਾਤੀ ਹੋਏ ਸਾਰੀ ਮਿੱਟੀ ਮੁੱਟੀ। ਯੈਸ ਬੇਬੀ, ਨਾਈਸ। ਲਿਆ ਮੇਰੀ ਵਾਰੀ। ਯੈਸ ਬੇਬੀ, ਬਾਬਾ ਵੱਜੂਗੀ ਵਾਲੀ ਉੱਪਰ ਇੱਧਰ ਇੱਧਰ ਇੱਧਰ।
ਕਿੱਦਾਂ ਕਿੱਦਾਂ ਜਾ ਰਹੇ ਆਪਾਂ ਕੰਫੀਡੈਂਟ, ਸਾਡਾ ਪਹਿਲਾ ਕਲੀਅਰ ਹੋ ਚੁੱਕਾ ਆ ਅਤੇ ਹੁਣ ਸਾਡੀ ਦੂਜੀ ਵੀ ਵਾਰੀ ਆ ਔਰ ਸੈਕਿੰਡ ਪਾਰ ਲੈਟਸ ਗੋ ਆਪਾਂ ਕਿਤੇ ਕਿਤੇ ਖੇਡਣਾ ਵਾ ਓਕੇ ਜਾਣ ਦਾ ਗੋਲਡ ਆ ਗਿਆ ਆਹ ਚੀਜ਼ ਬੈਸਟ ਹੈ ਯਾਰ ਗੇੜੀਆਂ ਮਾਰੋ ਆ ਰਿਹਾ ਕਿ ਹਾਂ ਚਾੜ ਦੋ ਉੱਤੇ ਬਸ ਹੀ ਓਕੇ ਰਿਪੋਰਟ ਉਹ ਬਸ ਰਿਪੋਰਟ ਲੈ ਜੀ ਆ ਰਸੀਆ ਲੱਗੀ ਵਾਪਸ ਕਿੱਦਾਂ ਆਇਆ ਉੱਤੋਂ ਦੀ ਗਲਾਸ ਚ ਲਾ ਸਕਦੇ ਨਾ ਹਾਂ ਚਲੋ ਆ ਜਾਓ ਅਤੇ ਗਾਈਸ ਸਾਡਾ ਸੈਕਿੰਡ ਹੋਲ ਵੀ ਕਲੀਅਰ ਹੋ ਚੁੱਕਾ ਵਾ ਪਰ ਰਿਕਾਰਡਿੰਗ ਘੱਟ ਵੱਧ ਹੀ ਕਰ ਰਿਹਾ ਕਿਉਂਕਿ ਸਾਡੇ ਪਿੱਛੇ ਵੀ ਜਿਹੜੇ ਹੈਗੇ ਬੰਦੇ ਆ ਰਹੇ ਆ ਦੈਟਸ ਵਾਈ ਸਾਨੂੰ ਜਲਦੀ ਜਲਦੀ ਕਲੀਅਰ ਕਰਨਾ ਪੈਣਾ ਦੋ ਹੋਲ ਕੰਪਲੀਟ ਹੋ ਚੁੱਕੇ ਆ ਅਤੇ ਹੁਣ ਥਰਡ ਹੋਲ ਦੀ ਵਾਰੀ ਚਲੀ ਜਾਂ ਸਭ ਵਧੀਆ ਚੀਜ਼ ਆ ਯਾਰ ਗੋਲਫ ਵੈਸੇ ਤਾਂ ਗੋਲਫ ਬੜੀ ਐਕਸਾਈਟਿੰਗ ਚੀਜ਼ ਆ ਥੋੜ੍ਹੀ ਜਿਹੀ ਐਕਸਪੈਂਸਿਵ ਆ ਪਰ ਤੁਸੀਂ ਹਫ਼ਤੇ 'ਚ ਇੱਕ ਵਾਰੀ ਆਉਣਾ ਤਾਂ ਕੋਈ ਮਾੜੀ ਨਹੀਂ ਆ ਨਹੀਂ ਉਹ ਫਨ ਆ ਜਿੱਦਾਂ ਵਧੀਆ ਵੈਦਰ ਜਦੋਂ ਹੋਏ ਗੋਲਫ ਕਰਨ ਆ ਜਾਏ ਬੰਦਾ ਅਤੇ ਛੋਟੀ ਛੋਟੀ ਹਵਾ 'ਚ ਵੇਖੋ ਸਾਡੇ ਪਿੱਛੇ ਤੁਹਾਨੂੰ ਦੱਸਿਆ ਸੀ ਜਿੱਦਾਂ ਮੈਂ ਬੰਦੇ ਆ ਰਹੇ ਆ ਉੱਥੋਂ ਆ ਗਏ ਆ ਅਤੇ ਟੂ ਵੇ ਟ੍ਰੈਫਿਕ ਅੱਛਾ ਅੱਗੋਂ ਵੀ ਆ ਸਕਦੇ ਆ ਇੱਧਰ ਹੀ ਆ ਗੋਲਡ ਤੇ ਵਾਈਟ ਆ ਆਹ ਵਾਲਾ ਸਾਡਾ ਹੋ ਰਿਹਾ ਗ੍ਰੇ ਆ ਰਿਹਾ ਸਾਡਾ ਗ੍ਰੇ ਆ ਚੁੱਕਾ ਦੇਖੋ ਹੁਣ ਇੱਥੋਂ ਦੀ ਆਪਾਂ ਮਾਰਨੀ ਆ ਕਿੱਧਰ ਨੂੰ ਆ ਦੇਖ ਪਾਰਕ ਬਰੀਕ ਲਾ ਦੇ ਕਰ ਅੱਛਾ ਉਹ ਉੱਧਰ ਸਿੱਧਾ ਮਾਰਨੀ ਆ ਉਹ ਝੰਡਾ ਉੱਧਰ ਆ ਦੇਖਣੇ ਆ ਜੇ ਚਲੋ ਵੀ ਹੋਏ ਸ਼ੁਰੂ ਗਾਈਸ ਅਸੀਂ ਦੋ ਵਾਰ ਇਕੱਠੇ ਸ਼ਾਟ ਮਾਰਿਆ ਆਪਾਂ ਆਪਣਾ ਤੀਜੇ ਕੰਪੀਟੀਸ਼ਨ ਆਇਆ ਅਤੇ ਬੋਲਾ ਦੇਖੋ ਨਾ ਨਾ ਲਾ ਕੇ ਬੈਠੀ ਆ ਭਰਾਵਾਂ ਵਾਂਗੂ ਉਹ ਉੱਥੇ ਮਾਰੀ ਆਪਾਂ ਉੱਧਰ ਦੀ ਅਤੇ ਚਲੋ ਉਹ ਆ ਸਾਡਾ ਗੋਲ ਅਤੇ ਹੁਣ ਇੱਕ ਇੱਕ ਸ਼ਾਟ ਵੱਜ ਕੇ ਹੁੰਦੇ ਅਤੇ ਕਿੰਨੇ 'ਚ ਆਪਾਂ ਕੰਪਲੀਟ ਕਰਦੇ ਹਾਂ ਲੈਟਸ ਗੋ ਗਾਈਸ ਸਾਡੇ ਦੋਵਾਂ ਦੇ ਦੋ ਦੋ ਸ਼ਾਟ ਹੋ ਗਏ ਸੀ ਅਤੇ ਉਹ ਉੱਧਰੋਂ ਮਾਰੇ ਆਪਾਂ ਤਾਂ ਸਾਡੇ ਦੋਵਾਂ ਦੀ ਬੋਲਾ ਗਈ ਆ ਪਾਣੀ 'ਚ ਅਤੇ ਹੌਸਲੇ ਆਉਂਦਾ ਉਹਨਾਂ ਆਪਾਂ ਦੋਵਾਂ ਨੇ ਇੱਥੋਂ ਸਟਾਰਟ ਕੀਤਾ ਉਹ ਗਈ ਦੇਖ ਲਈਏ ਕੈਮਰੇ 'ਚ ਚਲੋ ਮੇਰੀ ਵਾਰੀ ਉਹ ਖੇਤਾਂ ਚ ਆ ਗਏ ਆਪਾਂ ਪੂਰੇ ਹੋਰ ਬਲੈਕ ਹੋਰ ਅਗਰੇ ਪੂਰੇ ਅਗਰੇ ਉਹ ਫਿਰ ਪਾਣੀ ਆ ਸਾਡੀਆਂ ਬੋਲਾਂ ਹੀ ਦੇਈ ਜਾਣ ਦੀਆਂ ਵੈਸੇ ਆਪਾਂ ਦੋ ਪੈਕ ਮੰਗਾ ਚੁੱਕੇ ਹਾਂ ਤੀਸਰਾ ਪੈਕ ਚੱਲ ਰਿਹਾ ਇੱਥੇ ਪਾਣੀ ਪਾਣੀ ਹਰ ਜਗ੍ਹਾ 'ਤੇ ਆਹ ਇੱਥੇ ਸਾਰਾ ਪਾਣੀ ਆ ਨਾਲ ਇੱਥੇ ਜੇ ਮਾੜਾ ਜਿਹਾ ਵੀ ਐਂ ਹੋ ਗਿਆ ਤਾਂ ਪਾਣੀ 'ਚ ਉਹ ਆ ਗਿਆ ਸਾਡਾ ਗ੍ਰੇ ਉੱਤੇ ਚੜ੍ਹ ਦਿਓ ਗਾਈਸ ਲਾਸਟ ਆ ਗਿਆ ਸਾਡਾ 9 ਹੋਲਸ ਵਾਲਾ ਅਤੇ ਉੱਧਰ ਸਾਡੇ ਪੁਆਇੰਟ ਸੀਗੇ ਆਪੇ ਪੌਸ ਕਰਕੇ ਦੇਖ ਲਿਓ ਅਤੇ ਬਸ ਮੁੱਕਣ ਲੱਗਾ ਹੁਣ ਅਜੀਬ ਜਿਹਾ ਲੱਗ ਰਿਹਾ ਪਰ ਮਜ਼ਾ ਬੜਾ ਆਇਆ ਹੈ ਨਾ ਫਨ ਸੀ ਪੂਰਾ ਅੱਜ ਉੱਤੋਂ ਮੌਸਮ ਗਾਈਸ ਬਹੁਤ ਵਧੀਆ ਅੱਜ ਮੌਸਮ ਨੇ ਇੱਦਾਂ ਕੰਮ ਸੈੱਟ ਕਰਤਾ ਆ ਹਰ ਨਹੀਂ ਹੈਗਾ ਇਹਦਾ ਉੱਪਰ ਵੀ ਚੜ੍ਹ ਸਕਦੀ ਹਾਂ ਫਿਰ ਕਿੱਥੇ ਲਾਸਟ ਹੋ ਗਿਆ ਯਾਮਾ
ਪਿੰਡ ਵਿੱਚ ਰੱਖਿਆ ਯਾਮਾ ਯਾਮਾ ਜਾਣ ਦੇ ਪਹਾੜਾ ਤੇ ਬੁੱਟਾ ਸਿੱਧਾ ਹੋ ਕੇ ਇਹਦਾ ਉਹ ਕਿੱਥੇ ਫਲੈਗ ਫਲੈਗ ਉਹ ਮੰਮ ਬੜੀ ਦੂਰੀ ਬੜੀ ਦੂਰ ਆ ਚਲੋ ਇਹ ਉਹ ਇੱਥੇ ਹੀ ਚੜਾਈਦਾ ਚੜ੍ਹਦੀ ਦਾ ਆਪਾਂ ਚਲਾ